ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਹਲਕਾ ਸਨੌਰ ਬਲਾਕ ਸਮਿਤੀ ਦੇ ਜੋਨ ਬਿੰਜਲ ਤੋਂ ਅਕਾਲੀ ਦਲ ਦੇ ਉਮੀਦਵਾਰ ਫੱਗੂ ਰਾਮ ਅਤੇ ਬੁੱਧਮੋਰ ਜੋਨ ਦੇ ਅਕਾਲੀ ਉਮੀਦਵਾਰ ਰਾਜਕੁਮਾਰ ਸੈਣੀ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਦੋਨਾਂ ਹੀ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਲਕਾ ਸਨੌਰ ਤੋਂ ਸਾਰੇ ਹੀ ਅਕਾਲੀ ਉਮੀਦਵਾਰ ਬੜੇ ਹੀ ਉਤਸ਼ਾਹ ਵਿੱਚ ਹਨ ਅਤੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ। ਮੈਂ ਫੱਗੂ ਰਾਮ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਜੋਨ ਬਿੰਜਲ ਤੋਂ ਚੋਣ ਲੜ ਰਿਹਾ ਹਾਂ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕ ਮੇਰੇ ਨਾਲ ਚੱਲ ਰਹੇ ਹਨ। ਮੈਨੂੰ ਪੂਰੀ ਆਸ ਹੈ ਕਿ ਮੈਂ ਜਿੱਤਾਂਗਾ ਅਤੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ। ਮੈਂ ਸਰਪੰਚ ਸੁਖਦੇਵ ਸਿੰਘ ਪਿੰਡ ਬਿੰਜਲ ਜੋਨ ਬਿੰਜਲ ਤੋਂ ਅਤੇ ਅਸੀਂ ਸਾਰੇ ਵਰਗਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਫੱਗੂ ਰਾਮ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੜਾਉਣ ਦਾ ਫੈਸਲਾ ਕੀਤਾ। ਇਹ ਬਹੁਤ ਹੀ ਮਿਹਨਤੀ, ਅਣਥੱਕ ਅਤੇ ਸੂਝਵਾਨ ਕੈਂਡੀਡੇਟ ਹੈ। ਇਸ ਲਈ ਸਾਨੂੰ ਪੂਰੀ ਆਸ ਹੈ ਕਿ ਇਹ ਵੱਧ ਤੋਂ ਵੱਧ ਵੋਟਾਂ ਲੈ ਕੇ ਇਸ ਜ਼ੋਨ ਤੋਂ ਜਿੱਤ ਹਾਸਲ ਕਰੂਗਾ। ਮੈਂ ਬਲਦੇਵ ਸਿੰਘ ਬਿੰਜਲ ਪਿੰਡ ਤੋਂ ਬੋਲ ਰਿਹਾ ਹਾਂ। ਜੋ ਹਮਾਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਫੱਗੂ ਰਾਮ ਨੂੰ ਬਿੰਜਲ ਪਿੰਡ ਤੋਂ ਖੜਾ ਕੀਆ ਹੈ, ਹਮ ਇੱਕ ਇੱਕ ਵੋਟ ਪਾ ਕਰ ਇਸਕੋ ਜਿਤਾਏਗੇ। ਕਿਉਂ ਜਿਤਾਏਗੇ? ਕਿਉਂਕਿ ਇਹ ਇਮਾਨਦਾਰ, ਪੜ੍ਹਿਆ ਲਿਖਿਆ, ਸੂਝਬੂਝ ਵਾਲਾ ਇਨਸਾਨ ਹੈ। ਮੈਂ ਰਾਜਕੁਮਾਰ ਸੈਣੀ ਪਿੰਡ ਖਰਾਬਗੜ੍ਹ ਅਕਾਲੀ ਦਲ ਵੱਲੋਂ ਜੋਨ ਬੁੱਧਮਰ ਦਾ ਉਮੀਦਵਾਰ ਹਾਂ। ਜੋ ਵੀ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਉਮੀਦਵਾਰ ਬਣਾਇਆ, ਧੰਨਵਾਦੀ ਹਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ, ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਔਰ ਮੈਂ ਉਹਨਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਮੈਂ ਹੁਣ ਡੋਰ ਟੂ ਡੋਰ ਪਿੰਡਾਂ 'ਚ ਘੁੰਮ ਰਿਹਾ, ਉੱਥੇ ਜਾ ਕੇ ਦੇਖ ਰਿਹਾ ਕਿ ਲੋਕਾਂ ਦੇ ਅੰਦਰ ਬਹੁਤ ਹੀ ਅਕਾਲੀ ਦਲ ਵਾਸਤੇ ਬਹੁਤ ਉਤਸ਼ਾਹ ਹੈਗਾ। ਮੈਨੂੰ ਬਹੁਤ ਪੂਰਨ ਸਹਿਯੋਗ ਜਿਹੜਾ ਉਹ ਲੋਕਾਂ ਵੱਲੋਂ ਮਿਲ ਰਿਹਾ, ਜਨਤਾ ਵੱਲੋਂ ਮਿਲ ਰਿਹਾ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਔਰ ਮੈਨੂੰ ਵਿਸ਼ਵਾਸ ਹੈ ਆਪਣੇ ਜੋਨ 'ਤੇ, ਜਿਹੜੇ ਵੀ ਜੋਨ ਦੇ ਮਤਲਬ ਮੋਤਬਰ ਬੰਦੇ ਨੇ ਉਹਨਾਂ 'ਤੇ ਵਿਸ਼ਵਾਸ ਹੈ ਕਿ ਉਹ ਵੀ ਮੇਰੇ ਨਾਲ ਵੱਧ ਤੋਂ ਵੱਧ ਤੁਰ ਰਹੇ ਨੇ, ਔਰ ਪੂਰੇ ਵਿਸ਼ਵਾਸ ਜੋਨ 'ਤੇ ਵਿਸ਼ਵਾਸ ਹੈ ਕਿ ਮੇਰਾ ਸਾਥ ਜਿਸ ਤਰ੍ਹਾਂ ਮੈਨੂੰ ਦੇ ਰਹੇ ਨੇ ਇਸ ਤਰ੍ਹਾਂ ਦੇ ਕੇ ਮੈਨੂੰ ਮੇਰੀ ਜਿੱਤ ਜਿਹੜੀ ਆ ਯਕੀਨੀ ਬਣਾਉਣਗੇ ਜੀ। ਮੈਂ ਆਪਣੇ ਵੱਲੋਂ ਪੂਰੇ ਹੀ ਇਲਾਕੇ ਨੂੰ ਵਿਸ਼ਵਾਸ ਦਵਾਉਂਦਾ ਕਿ ਜਿੱਤਣ ਤੋਂ ਬਾਅਦ ਜੋ ਵੀ ਲੋਕਾਂ ਦੇ ਮਸਲੇ ਹੋਣਗੇ, ਮੈਂ ਉਹਨਾਂ ਨੂੰ ਸਹੀ ਢੰਗ ਨਾਲ ਉਹਨਾਂ ਦਾ ਵਕੀਲ ਬਣ ਕੇ ਸਰਕਾਰ ਕੋਲ ਰੱਖਣ ਦਾ ਪੂਰਾ ਯਤਨ ਕਰਾਂਗਾ, ਔਰ ਜੋ ਕਿਸੇ ਦੇ ਮਤਲਬ ਮਸਲੇ ਹੋਣਗੇ ਉਹਨਾਂ ਨੂੰ ਹੱਲ ਕਰਾਉਣ ਦਾ ਪੂਰਾ ਹੀ ਯਤਨਸ਼ੀਲ ਹੋਵਾਂਗਾ। ਚੈਨਲ ਆਈ ਪੰਜਾਬ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੋਚੀ ਦੀ ਰਿਪੋਰਟ।